ਸਟੋਰੀ ਆਫ ਦਿ ਡੇ ਵਿਜ਼ ਇਨ ਸਪੈਸ਼ਲ ਚ ਅੱਜ ਗੱਲ ਕਰਾਂਗੇ ਪੰਜਾਬ ਵਿੱਚ ਠੇਕੇਦਾਰੀ ਸਿਸਟਮ ਦੀ ਇਸ ਸੰਬੰਧੀ ਅਸੀਂ ਠੇਕਾ ਮੁਲਾਜ਼ਮਾ ਅਤੇ ਰਾਜਨੀਤਿਕ ਲੀਡਰਾਂ ਨਾਲ ਵੀ ਗੱਲਬਾਤ ਕੀਤੀ ਕੀ ਇਹ ਸਥਿਤੀ ਕੱਚੇ ਕੰਮਿਆਂ ਨੂੰ ਪੱਕੇ ਕਰਨ ਦੀ ਕਵਾਇਦ ਦੀ ਆਓ ਦਿਖਾਉਨੇ ਆ ਪੰਜਾਬ ਦੇ ਵਿੱਚ ਠੇਕਾ ਸਿਸਟਮ ਦੀ ਗੱਲ ਕਰ ਲਈਏ ਤਾਂ ਪੈਰ ਪਸਾਰ ਚੁੱਕਿਆ ਹੈ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ 2002 ਦੇ ਵਿੱਚ ਆਈ ਉਦੋਂ ਤੋਂ ਲੈ ਕੇ ਅੱਜ ਤੱਕ ਠੇਕਾ ਸਿਸਟਮ ਨੇ ਜਿੱਥੇ ਬਹੁਤ ਸਾਰੇ ਨੌਜਵਾਨਾਂ ਨੂੰ ਰੋਜ਼ਗਾਰ ਵੀ ਦਿੱਤਾ ਸੀ ਪਰ ਅੱਜ ਉਹਨਾਂ ਨੂੰ ਕਿਤੇ ਨਾ ਕਿਤੇ ਇਹ ਮਹਿਸੂਸ ਹੋਣ ਲੱਗਿਆ ਹੈ ਕਿ ਠੇਕਾ ਸਿਸਟਮ ਦੇ ਨਾਲ ਉਹਨਾਂ ਦਾ ਜਿਹੜਾ ਭਵਿੱਖ ਹੈ ਉਹ ਕਿਤੇ ਨਾ ਕਿਤੇ ਹਨੇਰੇ 'ਚ ਹੈ ਇਸ ਪੂਰੇ ਮਾਮਲੇ ਦੇ ਵਾਸਤੇ ਜਾਣਕਾਰੀ ਲੈਣ ਦੇ ਲਈ ਸਾਡੇ ਨਾਲ ਅੱਜ ਅਸੀਂ ਹਾਜ਼ਰ ਨੇ ਸਾਡੇ ਨਾਲ ਆਸ਼ੀਸ਼ ਜੁਲਾਹਾ ਜੀ ਠੇਕਾ ਮਲਾਜ਼ਮ ਐਕਸ਼ਨ ਕਮੇਟੀ ਦੇ ਸਖਤਰ ਜਨਰਲ ਨੇ ਸਵਾਗਤ ਹੈ ਜੀ ਐਕਚੁਅਲੀ ਜਿਹੜੀ ਤੁਸੀਂ ਗੱਲ ਕਹੀ ਹੈ ਸਹੀ ਹੈ ਵੀ ਠੇਕਾ ਜਿਹੜੀ ਪ੍ਰਥਾ ਹੈ ਉਹ ਰੋਜ਼ਗਾਰ ਤਾਂ ਦਿੰਦੀ ਹੈ ਪਰ ਜਿਹੜਾ ਉਹ ਲੰਗੜਾ ਰੋਜ਼ਗਾਰ ਹੈ ਅੱਧਾ ਅਧੂਰਾ ਰੋਜ਼ਗਾਰ ਦਿੰਦੀ ਹੈ ਜਿਹੜਾ ਕਿ ਲੰਬੇ ਸਮੇਂ ਚ ਆ ਕੇ ਨੌਜਵਾਨ ਲਈ ਤੇ ਕਾਰ ਚਲਾਣ ਲਈ ਸਮਾਜਿਕ ਜ਼ਿੰਮੇਵਾਰੀਆਂ ਪੂਰੀਆਂ ਕਰਨ ਲਈ ਆਪਣੇ ਬੱਚਿਆਂ ਦੀ ਜ਼ਿੰਮੇਵਾਰੀ ਪੂਰੀ ਕਰਨ ਲਈ ਬੜੀ ਮੁਸ਼ਕਲਾਂ ਪੈਦਾ ਕਰ ਰਿਹਾ ਹੈ ਕਿਉਂਕਿ ਜਿਹੜਾ ਠੇਕਾ ਸ਼ੁਰੂ ਪ੍ਰਥਾ ਸ਼ੁਰੂ ਹੋਈ ਸੀ ਪਿਛਲੀ ਪੰਜ ਕੈਪਟਨ ਸਰਕਾਰ ਜਦੋਂ 2007 ਦੌਰਾਨ ਸੀ ਤਾਂ ਉਦੋਂ ਤੋਂ ਸ਼ੁਰੂ ਹੋਈ ਹੋਈ ਹੈ ਅਕਾਲੀ ਸਰਕਾਰ ਨੇ ਤੇ ਦੋਵੇਂ ਟਿਨਿਓਰ ਚ ਇਹਨੂੰ ਪੂਰੀ ਤਰ੍ਹਾਂ ਵਧਾਇਆ ਹੈ ਇਤੋਂ ਤੱਕ ਕਿ ਪਹਿਲਾਂ ਤਾਂ ਕੰਟਰੈਕਟ ਸਿਸਟਮ ਸੀ ਠੇਕੇ ਦੇ ਡਾਇਰੈਕਟ ਡਿਪਾਰਟ ਇਹ ਸਰਕਾਰ ਵੱਲੋਂ ਬੰਦੇ ਲਈ ਜੰਨੇ ਸੀ ਹੁਣ ਇੱਕ ਹੋਰ ਜਿਹੜਾ ਆਊਟਸੋਰਸ ਸਿਸਟਮ ਸ਼ੁਰੂ ਕੀਤਾ ਹੋਇਆ ਹੈ ਕੰਪਨੀਆਂ ਰਾਹੀਂ ਨੌਜਵਾਨਾਂ ਦੀ ਲੁੱਟ ਕੀਤੀ ਜਾ ਰਹੀ ਹੈ ਜਿੱਥੇ ਇੱਕ ਰੈਗੂਲਰ ਮੁਲਾਜ਼ਮ ਜਿਸ ਕੰਮ ਨੂੰ ਕਰਨ ਲਈ 30 ਤੋਂ 40000 ਲੈਂਦਾ ਜਿਹੜਾ ਕਿ ਜ਼ਰੂਰੀ ਵੀ ਹੈ ਅੱਜ ਦੇ ਮਹਿੰਗਾਈ ਦੇ ਯੁੱਗ ਦੇ ਹਿਸਾਬ ਨਾਲ ਉਹੀ ਕੰਮ ਇੱਕ ਨੌਜਵਾਨ ਤੋਂ ਪੜ੍ਹੇ ਲਿਖੇ ਨੌਜਵਾਨ ਤੋਂ 10000 ਦੇ 8000 'ਚ ਇੱਥੋਂ ਤੱਕ ਕਿ 4000 ਰੁਪਏ ਤਨਖਾਹ ਵੀ ਦਿੱਤੀ ਜਾ ਰਹੀ ਹੈ 12-12 ਸਾਲਾਂ ਤੋਂ ਤਾਂ ਇਸ ਕਰਕੇ ਜਿਹੜਾ ਫਾਈਨੈਂਸ਼ੀਅਲੀ ਵੱਡਾ ਸ਼ੋਸ਼ਣ ਹੈ ਜਿੰਨੂੰ ਕਿ ਮੇਰੇ ਸਾਹਮਣੇ ਤਾਂ ਸ਼ਾਇਦ ਹਿਊਮਨ ਰਾਈਟਸ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਨੂੰ ਵੀ ਇਹ ਮੁੱਦਾ ਚੱਕਣਾ ਚਾਹੀਦਾ ਸੀ ਪਰ ਅਜੇ ਤੱਕ ਕਿਸੇ ਨੇ ਨਹੀਂ ਚੱਕਿਆ ਜਿਹੜੀਆਂ ਸਾਡੀਆਂ ਸਮਾਜਿਕ ਸੰਸਥਾਵਾਂ ਨੇ ਐਨ ਜੀਓਜ਼ ਨੇ ਜਿਹੜੀਆਂ ਕੀ ਕਹਿੰਦੇ ਨੇ ਕਿ ਸਮਾਜ ਲਈ ਕੰਮ ਕਰ ਰਹੇ ਆ ਤੇ ਇੱਕ ਬੜਾ ਵੱਡਾ ਸਮਾਜਿਕ ਇਸ਼ੂ ਹੈ ਜੇ ਪੰਜਾਬ 'ਚ ਅੱਜ ਨੌਜਵਾਨੀ ਦੀ ਗੱਲ ਕਰੀਏ ਨੌਜਵਾਨ ਮੰਨ ਲਓ ਨਸ਼ੇ ਕਰ ਰਹੇ ਨੇ ਨੌਜਵਾਨ ਬਾਹਰ ਜਾ ਰਹੇ ਨੇ ਅਸੀਂ ਉਹਨਾਂ ਚੀਜ਼ਾਂ ਨੂੰ ਹੁਲਾਰਾ ਦੇ ਰਹੇ ਹਾਂ ਪਰ ਬੇਸਿਕ ਜੜ ਕੀ ਹੈ ਨੌਜਵਾਨ ਕਿਉਂ ਇਹ ਕਰ ਰਹੇ ਨੇ ਉਹਦਾ ਵੱਡਾ ਕਾਰਨ ਇਹ ਹੈ ਸਭ ਤੋਂ ਵੱਡਾ ਕਾਰਨ ਏਮਪਲੋਇਮੈਂਟ ਨਾ ਹੋਣਾ ਜਾਂ ਅਧੂਰੀ ਏਮ ਜਿਸ ਨੌਜਵਾਨ ਕੋਲ ਆਦਾ ਪੂਰਾ ਰੋਜਗਾਰ ਹੋਊਗਾ ਉਹ ਸਵੇਰੇ ਜਾਊਗਾ ਸ਼ਾਮ ਨੂੰ ਦਫ਼ਤਰ ਤੋਂ ਆਊਗਾ ਉਹਨੂੰ ਠੁਕਵੀ ਤਨਖਾਹ ਮਿਲੇਗੀ ਤਾਂ ਉਹ ਪ੍ਰੈਸ਼ਰ 'ਚ ਘਟ ਹੋਊਗਾ ਵਧੀਆ ਤਰੀਕੇ ਨਾਲ ਕੰਮ ਵੀ ਕਰੂਗਾ ਤੇ ਨਾਲ ਆਦਾ ਸਮਾਜਿਕ ਤੇ ਜਿਹੜਾ ਪਰਿਵਾਰਿਕ ਜ਼ਿੰਮੇਵਾਰੀਆਂ ਉਹ ਵੀ ਪੂਰੀਆਂ ਕਰ ਸਕਦਾ ਹੈ ਪਰ ਉਲਟ ਚੱਲ ਰਿਹਾ ਕੰਮ ਕੰਮ ਜਿਹੜਾ ਕੀ ਉਹ ਜਿਹੜੇ ਡਿਊਟੀ ਆਰਸ ਨੇ ਵਧ ਲਏ ਜਾ ਰਹੇ ਨੇ ਸੈਲਰੀਆਂ ਕੱਟ ਦਿੱਤੀਆਂ ਜਾ ਰਹੀਆਂ ਨੇ ਜਦੋਂ ਅਸੀਂ ਘਰੇ ਜਾਂਦੇ ਆ ਖਾਲੀ ਜੇਬਾਂ ਖਾਲੀ ਹੱਥਾਂ ਨਾਲ ਜਾਂਦੇ ਆ ਤਾਂ ਜਿਹੜਾ ਸਾਡਾ ਪਰਿਵਾਰਿਕ ਪ੍ਰੈਸ਼ਰ ਹੈ ਸਮਾਜਿਕ ਪ੍ਰੈਸ਼ਰ ਹੈ ਉਹ ਸਾਨੂੰ ਨਸ਼ਿਆਂ ਵਾਲੀਆ ਖੁਦਕੁਸ਼ੀਆਂ ਕਰਨ ਵਾਲ ਜਿਹੜਾ ਸਾਡਾ ਪ੍ਰਚਲਿਤ ਵਧਿਆ ਹੋਇਆ ਤੁਸੀਂ ਦੇਖੋਗੇ ਮਟੇਕੇ ਦੇ ਮੁਲਾਜ਼ਮ ਕੋਈ ਟੈਂਕੀਆਂ ਦੇ ਚੜਿਆ ਕੋਈ ਹੈਡਵਾਰਕ ਦੇ ਚੜਿਆ ਕੋਈ ਬਿਲਡਿੰਗਾਂ ਦੇ ਚੜਿਆ ਤਾਂ ਇਹ ਮਜਬੂਰ ਕੀਤਾ ਜਾ ਰਿਹਾ ਪੰਜਾਬ ਦੀ ਨੌਜਵਾਨੀ ਨੂੰ ਬਾਹਰ ਜਾਣ ਲਈ ਕਰਜ਼ੇ ਚੱਕ-ਚੱਕ ਕੇ ਬਾਹਰ ਭੇਜੇ ਜਾ ਰਹੇ ਨੇ ਜੇ ਇੱਥੇ ਰੋਜ਼ਗਾਰ ਪੂਰਾ ਮਿਲੇਗਾ ਤਾਂ ਸ਼ਾਇਦ ਹਾਲਾਤ ਨਹੀਂ ਹੋਣਗੇ ਬਿਲਕੁਲ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵਿੱਚ ਜਿਵੇਂ ਆਪਾਂ ਗੱਲ ਕੀਤੀ ਕਿ 2002 ਦੇ ਵਿੱਚ ਇਹ ਸਿਸਟਮ ਆਇਆ ਉਸ ਤੋਂ ਬਾਅਦ ਚੱਲਦਾ ਚੱਲਦਾ ਆਊਟ ਸਰਕਾਰ ਆਉਂਦੀ ਹੈ ਅਕਾਲੀ ਦਲ ਤੇ ਭਾਜਪਾ ਦੀ ਸਾਂਝੀ ਜਿਹੜੀ ਸਰਕਾਰ ਆ ਉਹ ਪੰਜਾਬ ਦੇ ਵਿੱਚ ਆਉਂਦੀ ਹੈ ਵਾਦੇ ਉਹਨਾਂ ਨੇ ਵੀ ਬਹੁਤ ਕੀਤੇ ਸੀ ਤੁਹਾਡੀ ਜਿਹੜੀ ਐਕਸ਼ਨ ਕਮੇਟੀ ਹੈ ਉਹਨਾਂ ਦੇ ਵੱਲੋਂ ਲਗਾਤਾਰ ਸੰਘਰਸ਼ ਕੀਤਾ ਜਾਂਦਾ ਔਰ ਹੋਰ ਬਹੁਤ ਸਾਰੀਆਂ ਜਥੇਬੰਦੀਆਂ ਜਿਹੜੀਆਂ ਠੇਕਾ ਮੁਲਾਜ਼ਮ ਆਧਾਰਤ ਨੇ ਕਰ ਰਹੀਆਂ ਪਰ ਕਿਸ ਉਹ ਸਰਕਾਰ ਨੇ ਕਦੇ ਕੋਈ ਗੱਲ ਸੁਣੀ ਸੀ ਉਹਨਾਂ ਨੇ ਕੋਈ ਵਾਅਦਾ ਕੀਤਾ ਸੀ ਕਿ ਹਾਂ ਅਸੀਂ ਤੁਹਾਡਾ ਹੱਥ ਫੜ ਲੈਨੇ ਜਿਹੜੀ ਆਪਾਂ ਗੱਲ ਕਰੀ ਜੀ ਪਿਛਲੀ ਸਰਕਾਰ ਦੀ ਸਰਕਾਰਾਂ ਦੇਖੋ ਜੀ ਸਿਰਫ ਚਿਹਰੇ ਬਦਲਦੇ ਨੇ ਸਰਕਾਰਾਂ ਦਾ ਜਿਹੜਾ ਸੋਚ ਸ਼ਕਤੀ ਹੈ ਉਹੋ ਹੀ ਖੜੀ ਹੋਈ ਹੈ ਅਕਾਲੀ ਗਵਰਨਮੈਂਟ ਨੇ ਸਾਨੂੰ ਲੁੱਟਿਆ ਕੁੱਟਿਆ ਤੇ ਲਾਸਟ ਤੇ ਸਾਡੇ ਨਾਲ ਮੀਟਿੰਗਾਂ ਕੀਤੀਆਂ ਤੇ ਇੱਕ ਐਕਟ ਬਣਾਇਆ ਸੀ ਵੈਲਫੇਅਰ ਐਕਟ ਜਿੰਦੇ ਚ ਕੀ ਕੱਚੇ ਮੁਲਾਜ਼ਮਾਂ ਨੂੰ 3 ਸਾਲ ਦੀ ਡਿਊਟੀ ਦੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਤੇ 3 ਸਾਲ ਦਾ ਜਿਹੜਾ ਆਊਟਸੋਰਸ ਦਾ ਮੁਲਾਜ਼ਮ ਹੈ ਉਹਨੂੰ ਡਿਪਾਰਟਮੈਂਟ ਚ ਕੰਟ੍ਰੈਕਟ ਤੇ ਲੈਣ ਦੀ ਗੱਲ ਕਹੀ ਸੀ ਪਰ ਜਿਵੇਂ ਗੱਲ ਹੈ ਇਹਨਾਂ ਦੀ ਨੀਅਤ ਹਮੇਸ਼ਾ ਤੋਂ ਸ਼ੁਰੂ ਤੋਂ ਮਾੜੀ ਰਹੀ ਹੈ ਨੌਜਵਾਨ ਵਿਰੋਧੀ ਸਰਕਾਰਾਂ ਰਹੀਆਂ ਨੇ ਇਹ ਬਿਲਕੁਲ ਜਦੋਂ ਸਰਕਾਰ ਖਤਮ ਹੋਣ ਲੱਗੀ ਸੀ ਉਦੋਂ ਦਸੰਬਰ 2016 ਚ ਐਕਟ ਪਾਸ ਕੀਤਾ ਗਿਆ 17 ਜਨਵਰੀ ਚ ਇਲੈਕਸ਼ਨ ਸੀਗੇ ਤੇ ਸਰਕਾਰ ਜਿਹੜੀ ਉਹ ਜਿਹੜੀ ਪਿਛਲੀ ਸਰਕਾਰ ਦਾ ਪੱਜੀ ਪੱਜੀ ਜਿਹੜੀ ਨਵੀਂ ਸਰਕਾਰ ਆਈ ਹੈ ਜਿਹੜੀ ਮੌਜੂਦਾ ਸਮੇਂ ਦੀ ਸਰਕਾਰ ਹੈ ਤਾਂ ਕੈਪਟਨ ਸਾਹਿਬ ਤਰਨਿਆਂ ਵਿੱਚ ਸਾਡੇ ਆਏ ਹੋਏ ਨੇ ਸਾਨੂੰ ਵਿਸ਼ਵਾਸ ਦਵਾਇਆ ਇੱਥੇ ਅੱਜ ਅਸੀਂ ਮੁਹਾਲੀ ਖੜੇ ਹਾਂ ਮੁਹਾਲੀ ਦੇ ਪੰਜਾਬ ਬੋਰਡ ਦੇ ਬਾਹਰ ਤਰਨੇ ਚ ਆ ਕੇ ਸਾਡੇ ਸਿੱਖਿਆ ਪ੍ਰੋਵਾਈਡਰ ਵੀਰਾਂ ਪੈਣਾ ਦੇ ਤਰਨੇ ਚ ਆਏ ਸੀ ਕੈਪਟਨ ਸਾਹਿਬ ਦੇ ਕਹਿੰਦੇ ਸੀ ਵੀ 10000 ਤਾਂ ਮੇਰਾ ਮਾਲੀ ਲੈਂਦਾ ਹੈ ਤੇ ਤੁਹਾਨੂੰ ਮਾਲੀ ਤੋਂ ਘੱਟ ਤਨਖਾਹ ਮਿਲ ਰਹੀ ਹੈ ਉਸ ਸਮੇਂ ਕੈਪਟਨ ਸਾਹਿਬ ਵੱਡੀ ਗੱਲ ਹੈ ਕੈਪਟਨ ਸਾਹਿਬ ਸੋਸ਼ਲ ਮੀਡੀਆ ਬਹੁਤ ਜ਼ਿਆਦਾ ਯੂਜ਼ ਕਰਦੇ ਸੀ ਨੌਜਵਾਨਾਂ ਨਾਲ ਸਾਡੇ ਨਾਲ ਕੈਫਿਊ ਕੌਫੀ ਵਿਦ ਕੈਪਟਨ ਕੀਤਾ ਗਿਆ ਜਿਹੜੀ ਇਹਨਾਂ ਦੀ ਪ੍ਰਸ਼ਾਂਤ ਕਸ਼ੋਰ ਦੀ ਟੀਮ ਸੀਗੀ ਉਹਨਾਂ ਨੇ ਸਾਡੇ ਨਾਲ ਕਈ ਮੀਟਿੰਗਾਂ ਕੀਤੀਆਂ ਇਵਨ ਮਨਪ੍ਰੀਤ ਬਾਦਲ ਨੇ ਸਾਡੇ ਨਾਲ ਮੀਟਿੰਗਾਂ ਕੀਤੀ ਵੀ ਤੁਹਾਡੀਆਂ ਕੀ ਮੁਲਾਜ਼ਮਾਂ ਦੀਆਂ ਮੰਗਾਂ ਨੇ ਪੇਜ ਨੰਬਰ 117 ਤੇ ਬਕਾਇਦਾ ਲਿਖਿਆ ਹੋਇਆ ਵੀ ਅਸੀਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਾਂਗੇ ਕੈਪਟਨ ਸਾਹਿਬ ਨੇ 2017 ਵਿੱਚ 24 ਜਨਵਰੀ ਨੂੰ ਟਵੀਟ ਵੀ ਕੀਤਾ ਸੀ ਵਾਂਸ ਇਨ ਗਵਰਨਮੈਂਟ ਵਿਲ ਰੈਗਲਾਈਜ਼ ਆਲ ਦ ਕੰਟਰੈਕਚੁਅਲ EMPLOYES ਇਸ ਤੋਂ ਇਲਾਵਾ ਪ੍ਰੈਸ ਰੀਲਿਜ਼ਾਂ ਜਾਰੀ ਕੀਤੇ ਗਏ ਪਰ ਉਹਨਦੇ باوجود ਵੀ ਇਹ ਜਿਹੜੀ ਸਰਕਾਰ ਹੈ ਅਸੀਂ ਹਲਗ-ਹਲਗ ਤਰ ਅਸੀਂ ਇੱਥੋਂ ਤੱਕ ਕਿ ਦਿੱਲੀ ਵੀ ਜਾ ਕੇ ਆਏ ਆ ਕਾਂਗਰਸ ਦੇ ਦਫ਼ਤਰ ਚ ਰਾਹੁਲ ਗਾਂਧੀ ਦੇ ਆਫਿਸ ਵਿੱਚ ਉੱਥੇ ਦੇ ਦਫ਼ਤਰ ਦੇ ਇੰਚਾਰਜ ਤੇ ਕਾਂਗਰਸ ਦੇ ਜਨਰਲ ਸਕੱਤਰ ਮੋਤੀ لال ਵੋਰਾ ਨੇ ਵੀ ਕੈਪਟਨ ਸਾਹਿਬ ਨੂੰ ਇਹ ਗੱਲ ਕਹੀ ਵੀ ਅਸੀਂ ਪ੍ਰੋਮਿਸ ਕੀਤਾ ਸੀ ਇਹਨਾਂ ਨਾਲ ਤੁਸੀਂ ਇਹਨਾਂ ਨੂੰ ਰੈਗੂਲਰ ਕਰੋ ਪਰ ਇਹਨਾਂ ਸਾਰੀਆਂ ਚੀਜ਼ਾਂ ਨੂੰ 2.5 ਸਾਲ ਲੰਘ ਗਿਆ ਤੇ ਕਾਂਗਰਸ ਜਿਹੜੀ ਸਰਕਾਰ ਹੈ ਬਿਲਕੁਲ ਨੌਜਵਾਨ ਵਿਰੋਧੀ ਜਿੱਥੇ ਕੈਪਟਨ ਬਾਵਾ ਖੜੀਆਂ ਕਰਕੇ ਕਹਿੰਦਾ ਸੀਗੇ ਵੀ ਮੈਂ ਨੌਜਵਾਨਾਂ ਨੂੰ ਬਚਾਵਾਂਗਾ ਪੰਜਾਬ ਦੀ ਡੁੱਬਦੀ ਨੌਜਵਾਨੀ ਨੂੰ ਬਚਾਉਂਗਾ ਇੱਥੋਂ ਤੱਕ ਕਹਿੰਦੇ ਸੀ ਵੀ ਬੇਰੋਜ਼ਗਾਰੀ ਇੱਕ ਮੁੱਦਾ ਹੈ ਪਰ ਘੱਟ ਤਨਖਾਹਾਂ ਸਾਡੇ ਟੀਚਰ ਭੈਣ ਭਰਾਵਾਂ ਨੂੰ ਜਿਹੜੇ ਕਿ 45000 ਤਨਖਾਹ ਲੈ ਰਹੇ ਸੀਗੇ ਕੰਟਰੈਕਟ ਦੇ ਸੀਗੇ ਉਹਨਾਂ ਨੂੰ ਰੈਗੂਲਰ ਕਰਨ ਦੇ ਬਹਾਨੇ 15000 ਤੇ ਕੀਤਾ ਗਿਆ ਰੈਗੂਲਰ ਕਰਨਾ ਚਾਹੀਦਾ ਸਾਸੀ ਵੈਲਕਮ ਕਰਦੇ ਆ ਰੈਗੂਲਰ ਕਰਨ ਦੇ ਸਟੈਪ ਨੂੰ ਉੱਪਰ ਤਨਖਾਹਾਂ ਕਟਾ ਕੇ ਰੈਗੂਲਰ ਕਰਨਾ ਇੱਕ ਬੜੀ ਮੰਦਪਾਕੀ ਗੱਲ ਰਹੀ ਹੈ ਤੇ ਆ ਜਿਹੜੀ ਸਰਕਾਰ ਦੇ ਜੋ ਵਾਦੇ ਨੇ ਕੈਪਟਨ ਸਾਹਿਬ ਤਿੰਨ ਵਾਰੀ ਵਿਧਾਨ ਸਭਾ ਚ एलान ਕਰ ਚੁੱਕੇ ਨੇ ਮੈਂ ਕੱਚੇ ਮਲਾਂ ਨੂੰ ਪੱਕਾ ਕਰੂੰਗਾ ਕਦੋਂ ਕਰੂੰਗਾ ਕੁਝ ਨਹੀਂ ਪਤਾ ਤਿੰਨ ਕੈਬਨਟ ਸਾਹਿਬ ਕਮੇਟੀਆਂ ਹੋ ਗਈਆਂ ਜਦੋਂ ਸ਼ਾਹਕੋਟ ਇਲੈਕਸ਼ਨ ਸੀ ਉਦੋਂ ਕੈਬਨਟ ਸਾਹਿਬ ਕਮ ਗੁਰਦਾਸਪੁਰ ਲੈਕਸ਼ਨ ਅਵੇਲਸ ਕੈबिनेट ਸਬਕਮੇਟੀ ਬਈ ਉਸ ਤੋਂ ਬਾਅਦ ਹੁਣ ਬ੍ਰਹਮਿੰਦਰਾ ਦੀ ਕੈਪਟਨ ਮਿਨਿਸਟਰ ਦੀ ਚੇਅਰਮੈਨਸ਼ਿਪ ਵਿੱਚ ਮਨਪ੍ਰੀਤ ਬਾਦਲ ਚਰਨੀ ਸਿੰਘ ਚੰਨੀ ਮੈਂਬਰ ਨੇ ਇੱਕ ਕਮੇਟੀ ਕੰਮ ਕਰ ਰਹੀ ਹੈ ਪਰ ਇਸ ਕਮੇਟੀ ਨੂੰ ਵੀ ਸਾਲ ਹੋ ਗਿਆ ਤੇ ਸਭ ਤੋਂ ਸ਼ਰਮਨਾਕ ਗੱਲ ਹੈ ਕਮੇਟੀ ਇਹ ਕੈਰੀ ਵੀ ਸਾਡੇ ਕੋਲ ਡਾਟਾ ਹੀ ਨਹੀਂ ਹੈਗਾ ਕਿ ਪੰਜਾਬ ਚ ਕਿੰਨੇ ਕੱਚੇ ਮਲਾਜਮ ਨੇ ਜਦਕਿ ਜੇ ਤੁਸੀਂ ਸੈਕਟਰੀਏਟ ਜਿਹੜਾ ਮੇਨ ਆਫਿਸ ਹੈ ਸੈਕਟਰੀਏਟ ਤੋਂ ਲੈ ਲਿਆ ਤਾਂ ਬਲਾਕ ਲੈਵਲ ਤੇ ਕੱਚੇ ਮਲਾਜਮ ਕੰਟਰੈਕਟ ਤੇ ਆਊਟਸੋਰਸ ਤੇ ਇਵਨ ਕਿ ਇਨਲਿਸਟਮੈਂਟ ਤੇ ਮਲਾਜਮ ਹੀ ਹੈਗੇ ਨੇ ਪਰ ਕਿਸੇ ਵੱਲ ਖਿਆਲ ਨਹੀਂ ਕੀਤਾ ਜਾ ਰਿਹਾ ਪੰਜਾਬ ਦੇ ਵਿੱਚ ਕਿੰਨੀਆਂ ਕਿ ਜਥੇਬੰਦੀਆਂ ਨੇ ਜਿਹੜੀਆਂ ਐਕਸ਼ਨ ਕਮੇਟੀ ਦੇ ਵਿੱਚ ਕੰਮ ਕਰਦੀਆਂ ਹੋਰ ਜੇਕਰ ਆਸੇ ਪਾਸੇ ਦੀਆਂ ਲਾਲੀ ਇਹਦਾ ਕਿੰਨੇ ਇੱਕ ਡਿਪਾਰਟਮੈਂਟ ਕਿੰਨੇ ਕਿ ਨੌਜਵਾਨ ਹੈਗੇ ਜਿਹੜੇ ਪੰਜਾਬ ਦੇ ਵਿੱਚ ਠੇਕਾ ਆਧਾਰਿਤ ਅੱਜ ਵੀ ਕੰਮ ਕਰ ਰਹੇ ਆ ਔਰ ਸੰਘਰਸ਼ ਵੀ ਕਰ ਰਹੇ ਆ ਦੇਖੋ ਜੀ ਜੇ ਤੁਸੀਂ ਅੱਜ ਪੰਜਾਬ ਦੇ ਕਿਸੇ ਵੀ ਜਥੇਬੰਦੀ ਦਾ ਤੁਸੀਂ ਮੰਗ ਪੱਤਰ ਦੇਖੋਗੇ ਤਾਂ ਉਹਨਾਂ ਦੀ ਸਭ ਤੋਂ ਪਹਿਲੀ ਮੰਗ ਹੈ ਵੀ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ ਅੱਜ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਸਮੁੱਚਾ ਮਲਾਜ਼ਮ ਵਰਗ ਇਵਨ ਕਿ ਲੋਕ ਵੀ ਚਾਹੁੰਦੇ ਨੇ ਵੀ ਕਿਉਂਕਿ ਤੁਸੀਂ ਦੇਖੋ ਅੱਜ ਪੰਜਾਬ ਵਿੱਚ 25-26 ਪ੍ਰਾਈਵੇਟ ਯੂਨੀਵਰਸਿਟੀਆਂ ਨੇ ਜਿਹੜੀ ਮਹਿੰਗੀਆਂ ਪੜ੍ਹਾਈਆਂ ਕਰਾਰੀਆਂ ਨੇ ਹਰ ਇੱਕ ਮਾਪਿਆਂ ਦੇ 8-10 ਲੱਖ 20 ਲੱਖ ਵੀ ਲਾ ਕੇ ਬੱਚਿਆਂ ਨੂੰ ਪੜ੍ਹਾਈਆਂ ਕਰਵਾ ਰਹੇ ਨੇ ਤਾਂ ਜੇਕਰ ਉਹਨਾਂ ਨੂੰ ਬਾਹਰ ਹੀ ਭੇਜਣਾ ਪਊਗਾ ਤਾਂ ਫਿਰ ਉਹ ਪੜ੍ਹਾਈਆਂ ਕਿਉਂ ਕੀਤੀਆਂ ਗਈਆਂ ਇੱਥੇ ਗੱਲ ਆ ਜਾਂਦੀ ਰੋਜ਼ਗਾਰ ਦੇਣ ਦੀ ਪਰ ਕਿਸੇ ਨੂੰ ਵੀ ਰੋਜ਼ਗਾਰ ਪੂਰਾ ਨਹੀਂ ਕੀਤਾ ਜਾ ਰਿਹਾ ਮੈਂ ਜਿਵੇਂ ਤੁਹਾਨੂੰ ਪਹਿਲਾਂ ਹੀ ਦੱਸਿਆ ਕੋਈ ਵੀ ਅਜਿਹਾ ਮਹਿਕਮਾ ਨਹੀਂ ਜਿੱਥੇ ਕੱਚਾ ਮੁਲਾਜ਼ਮ ਨਹੀਂ ਆਊਟਸੋਰਸ ਮੁਲਾਜ਼ਮ ਨਹੀਂ ਹੈਗਾ ਜੀ ਇਵਨ ਕਿ ਸੀਐਮ ਹਾਊਸ ਵਿੱਚ ਵੀ ਆਊਟਸੋਰਸ ਦੇ ਕੰਟੈਕਟ ਦੇ ਮੁਲਾਜ਼ਮ ਬੈਠੇ ਨੇ ਇਸ ਤੋਂ ਜੇ ਆਪਾਂ ਗੱਲ ਕਰੀਏ ਕ੍ਰਿਟੀਕਲ ਮਹਿਕਮੇ ਨੇ ਹੈਲਥ ਹੈ ਐਜੂਕੇਸ਼ਨ ਹੈ ਜਿਹੜੀ ਕਿ ਸਾਡੀ ਬੇਸਿਕ ਸਰਵਿਸਿਜ਼ ਦੇਣ ਦੀ ਗੱਲ ਹੈ ਵਾਟਰ ਐਂਡ ਸੈਨੀਟੇਸ਼ਨ ਹੈ ਪੰਚਾਇਤੀ ਰਾਜ ਹੈ ਇਹਨਾਂ ਸਾਰਿਆਂ ਵਿੱਚ ਭਰੇ ਹੋਏ ਨੇ ਕੱਚੇ ਮੁਲਾਜ਼ਮ ਇੱਥੋਂ ਤੱਕ ਕਿ ਨਸ਼ਾ ਛਡਾਊ ਕੇਂਦਰ ਨੇ ਸਰਕਾਰ ਕਹਿੰਦੀ ਅਸੀਂ ਨਸ਼ੇ ਛਡਾਣੇ ਨੇ ਬੰਦ ਕਰਾਣੇ ਲੋਕਾਂ ਨੂੰ ਉੱਥੇ ਕੱਚੇ ਮੁਲਾਜ਼ਮ ਨੇ ਆਪਣੇ ਸੇਵਾ ਕੇਂਦਰ ਨੇ ਸਬੂਧਾ ਕੇਂਦਰ ਵਾਲੇ ਸਾਥੀ ਸਾਡੇ ਜਿਹੜੇ ਬੰਦ ਕਰ ਦਿੱਤੇ ਸਬੂਧਾ ਕੇਂਦਰ ਸੇਵਾ ਕੇਂਦਰ ਸ਼ੁਰੂ ਕੀਤੇ ਉਹ 1100 ਮੁਲਾਜ਼ਮ ਅੱਜ ਵੀ ਸੜਕਾਂ ਤੇ ਹੈ ਤਾਂ ਇਸ ਤਰ੍ਹਾਂ ਜੇ ਅਸੀਂ ਓਵਰਆਲ ਵੇਖੀਏ ਜਿਹੜਾ ਤਕਰੀਬ ਪਰਿਵਾਰ ਮੈਂ ਕਹਿੰਨਾ ਨੌਜਵਾਨ ਨਹੀਂ 1 ਲੱਖ ਪਰਿਵਾਰ ਇਸ ਚੀਜ਼ ਨਾਲ ਪ੍ਰਭਾਵਿਤ ਨੇ ਪਰ ਉਹਦੇ باوجود ਸਰਕਾਰ ਜਿਹੜੀ ਹੈ ਵਾਰ-ਵਾਰ ਵਾਅਦੇ ਕਰ ਰਹੀ ਹੈ ਹੋਰ ਤਾਂ ਗੱਲਾਂ ਛੱਡਿਏ ਕੈਪਟਨ ਸਾਹਿਬ ਨੇ ਰੀਸੈਂਟਲੀ ਦੋ ਵਾਰੀ ਪ੍ਰੈਸ ਬਿਆਨ ਜਾਰੀ ਕੀਤਾ ਹੈ ਵੀ ਮੈਂ ਮਲਾਜਮਾਂ ਦੀਆਂ ਮੰਗਾਂ ਮੰਨਣ ਨੂੰ ਤਿਆਰ ਹਾਂ ਤੇ ਅਸੀਂ ਇਹਨਾਂ ਨੂੰ ਜਲਦੀ ਮੀਟਿੰਗ ਕਰਾਂਗੇ 5 ਮਈ ਨੂੰ ਪ੍ਰੈਸ ਬਿਆਨ ਜਾਰੀ ਕੀਤਾ ਗਿਆ ਸੀਗਾ ਵੀ 28 ਮਈ ਨੂੰ ਕੈਪਟਨ ਸਾਹਿਬ ਕਮਿਟੀ ਮੀਟਿੰਗ ਕਰੋਗੀ ਮੁਲਾਜ਼ਮਾਂ ਨਾਲ ਉਹਦੇ ਤੋਂ ਭੱਜ ਗਈ ਕੈਪਟਨ ਸਾਹਿਬ ਕਮਿਟੀ ਹੁਣ 14 ਅਗਸਤ ਨੂੰ ਅਸੀਂ ਪਟਿਆਲੇ ਪ੍ਰੋਟੈਸਟ ਰੱਖਿਆ ਹੋਇਆ ਸੀਗਾ ਆਜ਼ਾਦੀ ਦੋਸਤੋ ਪਹਿਲਾਂ ਵੀ ਅਸੀਂ ਗੁਲਾਮ ਆ ਤਾਂ 14 ਅਗਸਤ ਨੂੰ ਫੇਰ ਪ੍ਰੈਸ ਰੈਲੀ ਜਾਰੀ ਕੀਤਾ ਗਿਆ ਵੀ 28 ਮਈ ਨੂੰ 28 ਅਗਸਤ ਨੂੰ ਕੈਪਟਨ ਸਾਹਿਬ ਕਮਿਟੀ ਮੁਲਾਜ਼ਮਾਂ ਨਾਲ ਮੀਟਿੰਗ ਕਰੇਗੀ ਉਤੋਂ ਫੇਰ ਭੱਜ ਗਏ ਨੇ ਮਤਲਬ ਇੰਨੀ ਕੁ ਸੋਇਰ ਦੇ ਸਰਕਾਰੇ ਮੀਟਿੰਗਾਂ ਕਰਨਾ ਹੀ ਨਹੀਂ ਚਾਹਦੀ ਇਹਨਾਂ ਨੂੰ ਪਤਾ ਹੈ ਵੀ ਇਹਨਾਂ ਦੀ ਮੰਗ ਵਾਜਬ ਹੈ ਪਰ ਇਹ ਟਾਈਮ ਟੇਪਾ ਰਹੇ ਨੇ ਇਸ ਕਰਕੇ ਆਉਣ ਵਾਲੇ ਦਿਨਾਂ 'ਚ ਅਸੀਂ ਇਹਨਾਂ ਦਾ ਬੜਾ ਵੱਡਾ ਚਾਰ ਵਿਧਾਨ ਸਭਾ ਇਲੈਕਸ਼ਨ ਆ ਰਹੇ ਨੇ ਉਸ ਤੋਂ ਬਾਅਦ ਮੇਨ ਵਿਧਾਨ ਸਭਾ ਇਲੈਕਸ਼ਨ ਵੀ ਕੋਈ ਜ਼ਿਆਦਾ ਦੂਰ ਨਹੀਂ ਹੈਗੇ ਤਾਂ ਅਸੀਂ ਜਿਹੜਾ ਪੰਜਾਬ ਦਾ ਸਮੁੱਚਾ ਮੁਲਾਜ਼ਮ ਹੈ ਉਹ ਇੱਕ ਇੱਕੋ ਆਵਾਜ਼ ਵਿੱਚ ਆ ਕੇ ਇਹਨਾਂ ਦਾ ਵਿਰੋਧ ਕਰੂਗਾ ਕੈਪਟਨ ਅਮਰਿੰਦਰ ਸਿੰਘ ਨੇ ਜਦੋਂ ਸਰਕਾਰ ਆਉਂਦੀ ਹੈ ਤਾਂ ਇੱਕ ਐਲਾਨ ਵੀ ਕੀਤਾ ਸੀ ਕਿ ਹੁਣ ਜਿਹੜਾ ਠੇਕਾ ਮੁਲਾਜ਼ਮ ਹੈ ਜਿਹੜੇ ਉਹ ਅਸੀਂ ਭਰਤੀ ਨਹੀਂ ਕਰਾਂਗੇ ਯਾਨੀ ਠੇਕੇ ਤੇ ਭਰਤੀ ਬੰਦ ਕਰ ਦੇਾਂਗੇ ਰੈਗੂਲਰ ਭਰਤੀ ਹੋਣੀ ਹੈ ਕੁਝ ਇਹੋ ਜੇ ਕੋਈ ਤੁਹਾਡੇ ਨਾਲ ਕੋਈ ਵਾਅਦਾ ਹੋਇਆ ਸੀ ਜਾਂ ਕੀ ਇਹਦੇ ਤੇ ਅਮਲ ਹੋਇਆ ਦੇਖੋ ਜੀ ਅਜਿਹਾ ਸਿਰਫ ਮੈਂ ਇਹ ਗੱਲ ਕਹਿ ਰਿਹਾ ਕੈਪਟਨ ਸਭ ਤੋਂ ਚੋਟੀ ਸਰਕਾਰ ਹੈ ਕੈਪਟਨ ਸਰਕਾਰ ਜਿਹੜੀ ਮੌਜੂਦਾ ਸਮੇਂ ਵਿੱਚ ਹੈ ਸਿਰਫ ਐਲਾਨਾਂ ਤੱਕ ਸੀਮਿਤ ਹੈ ਪ੍ਰੈਕਟੀਕਲੀ ਕੁਝ ਵੀ ਨਹੀਂ ਤੁਸੀਂ ਹੁਣ ਵੀ ਕੋਈ ਵੀ ਐਡਵਰਟਾਈਜ਼ਮੈਂਟ ਦੇਖ ਲਓ ਤਾਂ ਉਹ ਮੋਸਟਲੀ ਜਿਹੜੀ ਤੁਹਾਨੂੰ ਕੰਟਰੈਕਟ ਤੇ ਮਿਲਣਗੀਆਂ ਜਾਂ ਆਊਟਸੋਰਸ ਤੇ ਮਿਲਣਗੀਆਂ ਇਹਦੇ ਇਲਾਵਾ ਜਿਹੜਾ ਇੱਕ ਬੇਸਿਕ ਤਨਖਾਹ ਦੇਣ ਦਾ ਰੂਲ ਹੈ 3 ਸਾਲ ਸਿਰਫ ਕਿਸੇ ਵੀ ਮੁਲਾਜ਼ਮ ਨੂੰ 10000 ਰੁਪਏ ਦਿੱਤਾ ਜਾਂਦਾ ਕੀ 10000 ਰੁਪਏ ਨਾਲ ਜੀਵਨ ਜੀਵਨ ਚੱਲਦਾ ਹੈ ਪਰਬੇਸ਼ਨ ਪੀਰੀਅਡ ਹੁੰਦਾ ਤੁਸੀਂ ਉਹਦਾ ਕੰਮ ਚੈੱਕ ਕਰਨਾ ਨਾ ਕਿ ਤਨਖਾਹ ਕੱਟ ਦੇਣਾ ਉਸ ਪਰਬੇਸ਼ਨ ਪੀਰੀਅਡ ਦਾ ਪਾਣਾ ਲਾ ਕੇ ਕੈਪਟਨ ਸਰਕਾਰ ਜੇ ਇਹ ਕਰ ਕਰ ਰੋਜ਼ਗਾਰ ਦਾ ਇੱਕ ਡਰਾਮਾ ਰਚਿਆ ਜਾ ਰਿਹਾ ਉਹਦੇ ਵਿੱਚ ਵੀ ਪ੍ਰਾਈਵੇਟ ਕੰਪਨੀਆਂ ਜਿਹੜੇ ਪ੍ਰਾਈਵੇਟ ਕਾਲਜ ਨੂੰ ਤਾਂ ਪਹਿਲਾਂ ਹੀ ਆਦੇ ਇੱਥੇ ਪਲੇਸਮੈਂਟ ਕਰਾਉਂਦੇ ਨੇ ਤਾਂ ਕੈਪਟਨ ਸਰਕਾਰ ਨੇ ਅਜੇਆ ਕੋਈ ਵੀ ਜੋਬ ਵਾਦਾ ਪਿਆਦਾ ਕੀਤਾ ਸੀਗਾ ਕੈਪਟਨ ਸਾਹਿਬ ਨੇ ਸਾਨੂੰ ਵਾਰ-ਵਾਰ ਕਿਹਾ ਸੀਗਾ ਵੀ ਪਹਿਲੀ ਕੈਬਨਿਟ ਮੀਟਿੰਗ ਵਿੱਚ ਕੱਚੇ ਮਲਾਜਮਾਂ ਨੂੰ ਪੱਕਾ ਕੀਤਾ ਜਾਊਗਾ ਪਰ ਉਹ ਚਾਹੇ ਉਹ ਕੈਪਟਨ ਨੇ ਚਾਹੇ ਉਹ ਸੀਐਮ ਨੇ ਚਾਹੇ ਉਹ ਕੈਬਨਿਟ ਮਿਨਿਸਟਰ ਨੇ ਕਿਉਂਕਿ ਜੇ ਅਸੀਂ ਸਬਕਮੇਟੀ ਦੀ ਗੱਲ ਕਰੀਏ ਤਾਂ ਤਿੰਨ ਸੀਨੀਅਰ ਕੈਬਨਿਟ ਮਿਨਿਸਟਰਾਂ ਦੇ ਸ਼ਾਮਲ ਨੇ ਵਾਰ-ਵਾਰ ਮੀਟਿੰਗ ਦੇ ਕੇ ਭਜਨਾ ਕਿੱਥੋਂ ਦੀ ਸ਼ ਦੂਜੀ ਗੱਲ ਹੈ ਸਾਡੀ ਗੱਲ ਤਾਂ ਸੁਣੋ ਸਾਨੂੰ ਕਿਤੇ ਗਲਤ ਠਹਿਰਾਓ ਤਾਂ ਅਸੀਂ ਮੰਨ ਵੀ ਲਈਏ ਜੇ ਤੁਸੀਂ ਵਾਰ-ਵਾਰ ਕਹਿ ਚੁੱਕੇ ਹੋ ਤੁਹਾਡੀ ਮੰਗ ਵਾਜਬ ਹੈ ਤੁਹਾਡੀ ਮੰਗ ਵਾਜਬ ਹੈ ਇੱਕ ਪਾਸੇ ਤਾਂ ਕੈਪਟਨ ਸਾਹਿਬ ਇਹ ਕਹਿੰਦੇ ਨੇ ਅਸੀਂ ਐਨੇ ਲੱਖ ਲੋਕਾਂ ਨੂੰ ਰੋਜ਼ਗਾਰ ਦੇਵਾਂਗੇ ਘਰ-ਘਰ ਚ ਪਰ ਜਿਹੜੇ ਰੋਜ਼ਗਾਰ ਚ ਪਹਿਲਾਂ ਹੈਗੇ ਨੇ ਉਹਨਾਂ ਬਾਰੇ ਕੁਝ ਵੀ ਨਹੀਂ ਸੋਚਿਆ ਜਾ ਜਿਹੜਾ ਗੱਲ ਕੀਤੀ ਸੀ ਆਪਾਂ ਕਿ ਅਕਾਲੀ ਦਲ ਦੀ ਸਰਕਾਰ ਨੇ ਇੱਕ ਜਿਹੜਾ ਵੈਲਫੇਅਰ ਐਕਟ ਬਣਾਇਆ ਸੀ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਲਈ ਉਸ ਤੋਂ ਬਾਅਦ ਸਰਕਾਰ ਬਦਲਦੀ ਹੈ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਉਂਦੀ ਹੈ ਉਸੇ ਉਸ ਤੇ ਕੋਈ ਕੰਮ ਹੋਇਆ ਹੁਣ ਤੱਕ ਉਸ ਤੇ ਦੇਖੋ ਜੀ ਜਿਹ ਇੱਕ ਤਾਂ ਹੈਗਾ ਉਹ ਸਾਡੇ ਯਤਨਾ ਸਦਕਾ ਸਾਡੇ ਸੰਘਰਸ਼ ਸਦਕਾ ਬਣਿਆ ਸੀਗਾ ਪਰ ਉਹਦੇ ਤੇ ਕੋਈ ਕੋਰਟ ਕੇਸ ਪੈਂਡਿੰਗ ਸੀਗਾ ਮਾਨਯੋਗ ਹਾਈ ਕੋਰਟ ਨੇ ਵੀ ਸਿਰਫ ਇੰਨੀ ਗੱਲ ਕਹੀ ਹੈ ਵੀ ਤੁਸੀਂ ਉਮਾ ਦੇ ਵੀ ਕੇਸ ਨੂੰ ਕੰਸੀਡਰ ਕਰਕੇ ਸੈਕਟਰ ਨੂੰ ਲਾਗੂ ਕਰ ਸਕਦੇ ਹੋ ਕਿਸੇ ਤਰ੍ਹਾਂ ਦਾ ਕੋਈ ਸਟੇ ਨਹੀਂ ਹੈ ਪਰ ਉਹੀ ਗੱਲ ਫੇਰ ਨੀਅਤ ਦੀ ਨੀਅਤ ਮਾੜੀ ਹੈ ਨਹੀਂ ਕਰਨਾ ਚਾਹੁੰਦੇ ਸਾਡੇ ਨਾਲ ਚੀਫ ਸੈਕਟਰੀ ਸਾਹਿਬ ਦੀਆਂ ਮੀਟਿੰਗਾਂ ਵੀ ਹੋਈਆਂ ਨੇ ਹੋਰ ਅਫੀਸ਼ਲਸ ਨਾਲ ਵਾਰ-ਵਾਰ ਮੀਟਿੰਗਾਂ ਹੋਈਆਂ ਨੇ ਪਰ ਹਰ ਵਾਰ ਇਹ ਕਹਿ ਰਿਹਾ ਜਿਹਾ ਵੀ ਅਸੀਂ ਉਹ ਸੈਕਟਰ 'ਚ ਦਿਕਤਾਂ ਨੇ ਅਸੀਂ ਪੁੱਛਿਆ ਵੀ ਦਿੱਕਤਾਂ ਸਾਨੂੰ ਦੱਸੋ ਅਸੀਂ ਉਹ ਦਿੱਕਤਾਂ ਨਾਲ ਤੁਹਾਡੇ ਤਿਆਰ ਹੋਵਾਂਗੇ ਜੋ ਹੱਲ ਹੋਗਾ ਅਸੀਂ ਆਦੇ ਵੱਲੋਂ ਕਰਾਂਗੇ ਪਰ ਇਹਨਾਂ ਦੀ ਨੀਅਤ ਹੀ ਮਾੜੀ ਹੈ ਇਹ ਕੁਝ ਕਰਨਾ ਹੀ ਨਹੀਂ ਚਾਹੁੰਦੇ ਇਹ ਵਾਰ-ਵਾਰ ਟਾਈਮ ਟਪਾਉ ਦੀ ਨੀਤੀ ਤੇ ਚੱਲ ਰਹੇ ਨੇ ਪਰ ਅਸੀਂ ਉਹ ਟਾਈਮ ਜਿਹੜਾ ਕੀ ਹੈ 2.5 ਸਾਲ ਨਿਕਲ ਚੁੱਕੇ ਨੇ ਅਸੀਂ ਇਹਨਾਂ ਦਾ ਹਰ ਤਰੀਕੇ ਨਾਲ ਅੱਗੇ ਵੀ ਪ੍ਰੋਟੈਸਟ ਕਰ ਰਹੇ ਹਾਂ ਆਹ ਨਾਲ ਦਿਨਾਂ ਚੋਂ ਪ੍ਰੋਟੈਸਟ ਕਰਾਂਗੇ ਵੀ ਉਹੀ ਐਕਟ ਜਿਹੜਾ ਲਾਗੂ ਕਰੋ ਕਿਉਂਕਿ ਉਹਨਾਂ ਨਾਲ ਹੀ ਮਲਾਂ ਪੰਜਾਬ ਦੇ ਕੱਚੇ ਮਲਾਜਮਾਂ ਦਾ ਭਲਾ ਹੋ ਰਿਹਾ ਹੈ ਇਸ ਮਸਲੇ ਤੇ ਗੱਲਬਾਤ ਕਰਨ ਦੇ ਲਈ ਸਾਡੇ ਕੋਲ ਪੰਜਾਬ ਦੇ ਵਿਰੋਧੀ ਧਿਰ ਚੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਸਾਡੇ ਨਾਲ ਹੈ ਉਹਨਾਂ ਤੋਂ ਜਾਣ ਲੈਣੇ ਆ ਸਰ ਪੰਜਾਬ ਦੇ ਵਿੱਚ ਇੱਕ ਬਹੁਤ ਵੱਡੀ ਬਿਮਾਰੀ ਹੈ ਪਹਿਲੀ ਤਾਂ ਬੇਰੁਜ਼ਗਾਰੀ ਹੈ ਔਰ ਬੇਰੁਜ਼ਗਾਰੀ ਤੋਂ ਜੇਕਰ ਆਪਾਂ ਅੱਗੇ ਦੀ ਗੱਲ ਕਰੀਏ ਤਾਂ ਠੇਕਾ ਮੁਲਾਜ਼ਮਾਂ ਦੀਆਂ ਵੀ ਕਿਤੇ ਨਾ ਕਿਤੇ ਸਮੱਸਿਆਵਾਂ ਹੈ ਕਿ ਠੇਕਾ ਮੁਲਾਜ਼ਮ ਰੱਖੇ ਜਾਂਦੇ ਆ ਕਿਤੇ ਨਾ ਕਿਤੇ ਬੇਰੁਜ਼ਗਾਰੀ ਤਾਂ ਉਹਨਾਂ ਦੀ ਖਤਮ ਹੁੰਦੀ ਹੈ ਪਰ ਜਿਹੜਾ ਉਹਨਾਂ ਨੂੰ ਮਾਣ ਪੱਤਾ ਹੈ ਉਹ ਬਹੁਤ ਘੱਟ ਦਿੱਤਾ ਜਾਂਦਾ ਸਮੇਂ ਸਮੇਂ ਦੀਆਂ ਸਰਕਾਰਾਂ ਵਾਅਦੇ ਕਰਦੀਆਂ ਕਿ ਅਸੀਂ ਇਹਨਾਂ ਨੂੰ ਪੱਕੇ ਕਰ ਦੇਣਾ ਪਰ ਹਾਲੇ ਤੱਕ ਉਹਨਾਂ ਦੀ ਕੋਈ ਵੀ ਗੱਲ ਨਹੀਂ ਸੁਣੀ ਗਈ ਇਹ ਕਮੇ ਸੋਚਦਾ ਕਿ ਜਿਹੜੇ ਮੁਲਾਜ਼ਮ ਨੇ ਮੁਲਾਜ਼ਮ ਵਰਗ ਦੇ ਨਾਲ ਵੀ ਸਾਰੀਆਂ-ਸਾਰੀਆਂ ਹੁਣ ਤੱਕ ਦੀਆਂ ਸਰਕਾਰਾਂ ਨੇ ਜਿਹੜੀਆਂ ਉਹ ਬਹੁਤ ਵੱਡਾ ਧੋਖਾ ਉਹ ਕਰਦੀਆਂ ਆਈਆਂ ਨੇ ਆਪਦੇ ਮੈਨੀਫੈਸਟੋਨ ਦੇ ਵਿੱਚ ਵਾਅਦੇ ਕਰਦੇ ਨੇ ਪੱਕੀਆਂ ਨੌਕਰੀਆਂ ਦੇ ਪਰ ਜਿਹੜੇ ਠੇਕਿਆਂ ਦੇ ਉੱਪਰ ਭਰਤੀ ਕਰਦੇ ਨੇ ਆਊਟਸੋਰਸਿੰਗ ਕਰਦੇ ਨੇ ਕੰਟਰੈਕਟ ਕਰਦੇ ਨੇ ਉਹਨਾਂ ਦੇ ਨਾਲ ਤੇ ਜਦੋਂ ਉਹ ਪੱਕੇ ਕਰਨ ਦੀ ਗੱਲ ਕਰਦੇ ਨੇ ਸਰਕਾਰਾਂ ਦੇ ਵਾਅਦੇ ਮੁਤਾਬਕ ਤੇ ਉਹਨਾਂ ਦੇ ਉੱਪਰ ਡਾਂਗਾ ਔਰ ਜਿਹੜੇ ਅਥਰੂ ਗੈਸ ਦੇ ਗੋਲੇ ਨੇ ਉਹ ਛੱਡੇ ਜਾਂਦੇ ਨੇ ਮੈਂ ਸਮਝਦਾ ਕਿ ਬਹੁਤ ਅਨਫੋਰਚੂਨੇਟ ਹੈ ਅਨਟਿਲ ਐਂਡ ਅਨਲੈਸ ਜੇ ਕਿਸੇ ਨੂੰ ਜਦੋਂ ਤੱਕ ਆਪਦੀ ਜੌਬ ਸਿਕਿਉਰਿਟੀ ਨਹੀਂ ਹੋਊਗੀ ਉਦੋਂ ਤੱਕ ਉਸ ਬੰਦੇ ਦਾ ਕੰਮ ਕਰਨ ਦੇ ਵਿੱਚ ਮਨ ਹੀ ਨਹੀਂ ਲੱਗਣਾ ਹੈਗਾ ਸੋ ਮੇਰੇ ਖਿਆਲ ਦੇ ਵਿੱਚ ਇਹ ਜਿਹੜਾ ਪ੍ਰੋਸੈਸ ਜਦੋਂ ਵੀ ਸ਼ੁਰੂ ਹੋਇਆ ਇਹ ਗਲਤ ਪ੍ਰੋਸੈਸ ਸੀਗਾ ਸਰਕਾਰ ਨੂੰ 100% ਪੂਰੇ ਪੇ ਸਕੇਲਸ ਦੇ ਉੱਪਰ ਪੱਕੇ ਕਰਕੇ ਮੁਲਾਜ਼ਮਾਂ ਨੂੰ ਰੈਗੂਲਰਾਈਜ਼ ਤੌਰ ਤੇ ਉੱਪਰ ਭਰਤੀ ਕਰਨਾ ਚਾਹੀਦਾ ਤੇ ਉਹਨਾਂ ਤੋਂ ਅਕਾਉਂਟੇਬਿਲਟੀ ਹੈ ਜਿਹੜੀ ਉਹਨਾਂ ਦੀ ਜ਼ਿੰਮੇਵਾਰੀ ਹੈ ਜਿਹੜੀ ਉਹ ਫਿਕਸ ਕਰਕੇ ਉਹਨਾਂ ਤੋਂ 100% ਉਹਨਾਂ ਨੂੰ ਤਨਖਾਹ ਦਿਓ 100% ਤੁਸੀਂ ਉਹਨਾਂ ਨੂੰ ਮਾਨ ਸਤਕਾਰ ਦਿਓ 100% ਤੁਸੀਂ ਉਹਨਾਂ ਨੂੰ ਜਿਹੜੀ ਜੋਬ ਸਿਕਿਉਰਿਟੀ ਹੈ ਉਹ ਦੋ ਤੇ ਨਾਲ ਨਾਲ ਤੁਸੀਂ ਉਹਨਾਂ ਤੋਂ ਕੰਮ ਲੈਣ ਯੋਗ ਵੀ ਰਹਿ ਜਾਂਦੇ ਹੋ ਹੁਣ ਜੇ ਤੁਸੀਂ ਕੰਟਰੈਕਟ ਦੀ ਭਰਤੀ ਕਰਦੇ ਹੋ ਤੇ ਬੰਦਾ ਦਫ਼ਤਰ ਦੇ ਵਿੱਚ ਘਟ ਜਾਂਦਾ ਵਿਚਾਰਾ ਆਪਦੇ ਧਰਨੇ ਮੁਜਾਰਿਆਂ ਦੇ ਵਿੱਚ ਫਸ ਕੇ ਰਹਿ ਜਾਂਦਾ ਸੋ ਇਸ ਕਰਕੇ ਇਹ ਸਾਰੇ ਦਾ ਸਾਰਾ ਜਿਹੜਾ ਪ੍ਰੋਸੈਸ ਹੈ ਇਹ ਪ੍ਰੋਸੈਸ ਹੀ ਫਾਲਟੀ ਹੈ 100% ਤੁਸੀਂ ਅਗਲੇ ਨੂੰ ਮਾਨ ਸਤਕਾਰ ਜੋਬ ਸਿਕਿਉਰਿਟੀ ਪੈਸਾ ਦੋ ਤੇ ਉਨਾਂ ਹੀ 100% ਹੀ ਉਹਨਾਂ ਤੋਂ ਕੰਮ ਲਓ ਤਾਂ ਕਿ ਜਿਹੜੇ ਲੋਕ ਨੇ ਪਬਲਿਕ ਸਰਵੈਂਟ ਦਾ ਕੰਮ ਹੁੰਦਾ ਪਬਲਿਕ ਨੂੰ ਸਰਵ ਕਰਨਾ ਇਹਦੇ ਨਾਲ ਲੋਕਾਂ ਦੇ ਵਿੱਚ ਲੋਕਾਂ ਦੀ ਜਿਹੜੀ ਖੱਜਲ ਖਵਰੀ ਹੈ ਉਹ ਵੀ ਬੰਦ ਹੋ ਜੇਗੀ ਸੋ ਇਸ ਕਰਕੇ ਮੈਂ ਸਮਝਦਾ ਕਿ ਸਾਰਾ ਪ੍ਰੋਸੈਸ ਫਾਲਟੀ ਹੈ ਇਹਨੂੰ ਨਵੇਂ ਸਿਰੇ ਰਿਵਿਊ ਕਰਨ ਦੀ ਲੋੜ ਹੈ ਜੀ ਇੱਕ ਵਾਰ ਜਦੋਂ 2002 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਈ ਹੈ 2002 ਤੋਂ 07 ਤੱਕ ਦਾ ਜਿਹੜਾ ਵਕਫਾ ਸੀ ਉਹਨਾਂ ਦੀ ਸਰਕਾਰ ਦੇ ਦੌਰਾਨ ਹੀ ਠੇਕਾ ਸਿਸਟਮ ਹੈ ਜਿਹੜਾ ਸ਼ੁਰੂ ਹੋਇਆ ਸੀ ਉਸ ਤੋਂ ਬਾਅਦ ਠੇਕੇ ਸਿਸਟਮ ਤੋਂ ਬਾਅਦ ਆਊਟਸੋਰਸ ਸ਼ੁਰੂ ਹੋ ਗਿਆ ਯਾਨੀ ਇਹ ਠੇਕੇ ਦਾ ਠੇਕੇ ਦੇ ਮੁਲਾਜ਼ਮਾ ਦੀ ਗੱਲ ਕਰ ਲਈਏ ਤਾਂ 10 ਤੋਂ 15000 ਜੇ ਆਊਟਸੋਰਸ ਦੀ ਗੱਲ ਕਰ ਲਈਏ ਤਾਂ 4-5000 7000 ਹਾਲੇ ਵੀ ਇਹ ਸਿਸਟਮ ਚੱਲ ਰਿਹਾ ਹੈ ਜਦੋਂ ਅਕਾਲੀ ਦਲ ਦੀ ਸਰਕਾਰ ਸੀ 2016 ਦੇ ਵਿੱਚ ਇੱਕ এমਪਲੋਇਮੈਂਟ ਵੈਲਫੇਅਰ ਜਿਹੜਾ ਉਹਨਾਂ ਨੇ ਇੱਕ ਐਕਟ ਪਾਸ ਕੀਤਾ ਸੀ 2016 ਉਸ ਤੇ ਲਾਗੂ ਨਹੀਂ ਕੀਤਾ ਗਿਆ ਹਾਲੇ ਵੀ ਕੈਪਟਨ ਅਮਰਿੰਦਰ ਸਿੰਘ ਨੇ ਆਉਣ ਸਾਰੇ ਕਿਹਾ ਸੀਗਾ ਕਿ ਅਸੀਂ ਪਹਿਲੀ ਜਿਹੜੀ ਕੈਬਨਟ ਮੀਟਿੰਗ ਕਰਨੀ ਆ ਉਹਦੇ ਵਿੱਚ ਮੁਲਾਜ਼ਮਾਂ ਨੂੰ ਪੱਕੇ ਕਰ ਦੇਣਾ ਪਰ ਹਾਲੇ ਤੱਕ ਡਾਂਗਾਂ ਪੈ ਰਹੀਆਂ ਔਰ ਤੁਹਾਡੀ ਪਾਰਟੀ ਦਾ ਕੀ ਸਟੈਂਡ ਹੈ ਇਹਦੇ ਵਿੱਚ ਕਿਉਂਕਿ ਅੱਗੇ ਵੀ ਜਿਹੜੀਆਂ ਵਿਧਾਨ ਸਭਾ ਚੋਣਾਂ ਨੇ ਆਉਣਾ ਹੈ ਔਰ ਤੁਹਾਡੀ ਪਾਰਟੀ ਕੀ ਸਟੈਂਡ ਰੱਖਦੀ ਆ ਕਿਉਂਕਿ ਇਹ ਬਿਮਾਰੀ ਬਹੁਤ ਵੱਧ ਚੁੱਕੀ ਆ ਪੰਜਾਬ ਦੇ ਵਿੱਚ ਦੇਖੋ ਸਾਡੀ ਪਾਰਟੀ ਦਾ ਸਟੈਂਡ ਜਿਹੜਾ ਪਹਿਲਾਂ ਵੀ ਬੜਾ ਕਲੀਅਰ ਸੀਗਾ ਅੱਜ ਵੀ ਬੜਾ ਕਲੀਅਰ ਹੈ ਅਸੀਂ ਇਹ ਜਿਹੜਾ ਠੇਕਾ ਸਿਸਟਮ ਜਿਹੜਾ ਕੰਟਰੈਕਟ ਸਿਸਟਮ ਹੈ ਜਿਹੜਾ ਆਊਟਸੋਰਸਿੰਗ ਸਿਸਟਮ ਹੈ ਅਸੀਂ ਇਸ ਗੱਲ ਤੇ ਨਾਲ ਬਿਲਕੁਲ ਸਹਿਮਤ ਨਹੀਂ ਹੈ ਕਿ ਜਿਵੇਂ ਮੈਂ ਪਹਿਲਾਂ ਕਹਿ ਕੇ ਹਟਿਆ ਕਿ ਪੱਕੇ ਤੌਰ ਦੇ ਉੱਪਰ ਤੁਸੀਂ ਆਪਦੇ ਮੁਲਾਜ਼ਮ ਰੱਖੋ ਤੇ ਉਹਨਾਂ ਤੋਂ 100% ਤਨਖਾਹ ਦਿਓ 100% ਕੰਮ ਲਓ ਸਾਡਾ ਜਿਹੜਾ ਸਟੈਂਡ ਹੈ ਉਹ ਬੜਾ ਸਪਸ਼ਟ ਹੈ ਔਰ ਮੈਂ ਸਮਝਦਾ ਕਿ ਇਹਦੇ ਉੱਪਰ ਸਰਕਾਰ ਨੂੰ ਦੁਬਾਰਾ ਰਿਵਿਊ ਕਰਨ ਦੀ ਲੋੜ ਹੈ ਕਿਉਂਕਿ ਜਦੋਂ ਤੱਕ ਇਹ ਪ੍ਰੋਸੈਸ ਠੀਕ ਨਹੀਂ ਹੁੰਦਾ ਉਦੋਂ ਤੱਕ ਜਿਹੜੀ ਅਕਾਉਂਟੇਬਿਲਟੀ ਹੈ ਉਹ ਨਹੀਂ ਫਿਕਸ ਹੁੰਦੀ ਕੰਮ ਹੈ ਜਿਹੜਾ ਉਹ ਨਹੀਂ ਸਹੀ ਤਰੀਕੇ ਨਾਲ ਨਿਕਲ ਕੇ ਆਉਣਾ ਹੈਗਾ ਹੁਣ ਹੋ ਕੀ ਰਿਹਾ ਹੈ ਕਿ ਇਹ ਇਹ ਗੱਲ ਕਰਦੇ ਨੇ ਹੁਣ ਤਕਰੀਬਨ ਜੇ ਆਪਾਂ ਕਹੀਏ 88 ਜਾਂ 99% ਜਿਹੜਾ ਪੰਜਾਬ ਦਾ ਪੈਸਾ ਹੈ ਰਿਸੋਰਸਸ ਨੇ ਉਹ ਕਮਿਟਿਡ ਲਾਇਬਿਲਟੀਜ਼ ਦੇ ਵਿੱਚ ਚਲੇ ਜਾਂਦੇ ਨੇ ਠੀਕ ਹੈ ਨਾ ਇਹ ਇਹ ਬਹਾਨਾ ਸਰਕਾਰਾਂ ਇਹ ਲਾਉਂਦੀਆਂ ਨੇ ਕਿ ਸਾਡੇ ਕੋਲ ਜੀ ਰਿਸੋਰਸਸ ਨਹੀਂ ਹੈਗੇ ਪੈਸੇ ਨਹੀਂ ਹੈਗੇ ਕਮਿਟਿਡ ਲਾਇਬਿਲਟੀਜ਼ ਦੇ ਵਿੱਚ ਤਨਖਾਹਾਂ ਪੈਨਸ਼ਨ ਗ੍ਰੈਚੁਇਟੀ ਜਿਹੜੇ ਇੰਟਰਸਟ ਨੇ ਤੇ ਲੋਨ ਦੀਆਂ ਕਿਸ਼ਤਾਂ ਨੇ ਉਹਨੂੰ ਆਪਾਂ ਮੰਨ ਲਓ ਮੋਟਾ-ਮੋਟਾ 90% ਉਹਦੇ ਵਿੱਚ ਚਲੇ ਜਾਂਦਾ ਸਰਕਾਰ ਕੋਲ 85-86 ਕੋਰੜਾ ਜਿਹੜਾ ਸਿਰਫ ਉਹ ਬਚਦਾ ਪਰ ਨਾਲ ਹੀ ਜਿਹੜੀ ਚੀਜ਼ ਕਰਨ ਦੀ ਲੋੜ ਹੈ ਅਲਟੀਮੇਟਲੀ ਸਰਕਾਰ ਜੇ ਘਰ ਚਲਾਉਣਾ ਹੈ ਜਾਂ ਬਿਜ਼ਨਸ ਚਲਾਉਣਾ ਹੈ ਜਾਂ ਸਰਕਾਰ ਚਲਾਉਣਾ ਇੱਕ ਫਾਰਮੂਲਾ ਇੱਕੋ ਹੀ ਹੈ ਕਿ ਕਿਵੇਂ ਉਸ ਹਿਸਾਬ ਨਾਲ ਲੋਕਾਂ ਤੋਂ ਟੈਕਸ ਦੇ ਰੂਪ ਦੇ ਵਿੱਚ ਪੈਸਾ ਲਿਆ ਜਾਵੇ ਕਿ ਲੋਕਾਂ ਨੂੰ ਘੱਟ ਤੋਂ ਘੱਟ ਚੋਵੇ ਤੇ ਕਿਵੇਂ ਉਹਦੀ ਵਰਤੋਂ ਇਸ ਹਿਸਾਬ ਨਾਲ ਕੀਤੀ ਜਾਵੇ ਕਿ 100% ਪੈਸੇ ਜਿਹੜਾ ਉਹ ਨੀਚੇ ਤੱਕ ਇਮਾਨਦਾਰੀ ਦੇ ਨਾਲ ਜਾਵੇ ਉਹਦੇ ਚ ਕਰਪਸ਼ਨ ਨਾ ਹੋਵੇ ਉਹਦੇ ਚ ਸੇਧ ਨਾ ਲੱਗੇ ਤੇ ਲੋਕਾਂ ਦਾ ਵੱਤੋ ਵੱਤ ਉਹਦੇ ਨਾਲ ਬੈਨੀਫਿਟ ਹੋ ਸਕੇ ਹੁਣ ਜਿੱਥੇ ਲੂਪ ਹੋਲਸ ਨੇ ਜਿੱਥੇ ਘਾਰੇ ਪਏ ਹੋਏ ਨੇ ਉਹਨਾਂ ਮਹਿਕਮਿਆਂ ਦੇ ਵੱਲ ਤਾਂ ਗੌਰ ਕੋਈ ਨਹੀਂ ਕਰ ਰਿਹਾ ਹੈਗਾ ਮਾਫੀਆਜ਼ ਅੱਜ ਮਾਫੀਆ ਜਿਹੜਾ ਉਹ ਟਰਾਂਸਪੋਰਟ ਨੂੰ ਮਾਫੀਆ ਚਲਾ ਰਿਹਾ ਹੈ ਅੱਜ ਐਕਸਾਈਜ਼ ਨੂੰ ਲੈ ਕੇ ਉਹ ਮਾਫੀਆ ਚਲਾ ਰਿਹਾ ਪੰਜਾਬ ਸਿਰਫ 55200 ਕਰੋੜ ਰੁਪਏ ਇਕੱਠਾ ਕਰਦਾ ਹੈ ਤਮਿਲ ਲਾਡੂ 29000 ਕਰੋੜ ਹੈ ਜਿਹੜਾ ਉਹ ਇਕੱਠਾ ਕਰਦਾ ਹੈ ਕਿਉਂਕਿ ਕਾਰਪੋਰੇਸ਼ਨ ਬਣਾ ਕੇ ਜੇ ਪੰਜਾਬ ਦੇ ਵਿੱਚ ਅੱਜ ਕਾਰਪੋਰੇਸ਼ਨ ਬਣਾ ਲੈਂਦੇ ਮੈਂ ਪਿਛਲੇ ਦਿਨਾਂ ਦੇ ਵਿੱਚ ਸੈਸ਼ਨ ਦੌਰਾਨ ਮੈਂ ਪ੍ਰਾਈਵੇਟ ਮੈਂਬਰ ਬਿੱਲ ਦਿੱਤਾ ਸੀਗਾ ਜਿਹਦੇ ਜੇ ਅੱਜ ਕਾਰਪੋਰੇਸ਼ਨ ਬਣਾ ਲੈਣ ਘੱਟੋ ਘੱਟ 12 ਤੋਂ 15000 ਕਰੋੜ ਹੈ ਜਿਹੜਾ ਉਹ ਕਮਾਇਆ ਜਾ ਸਕਦਾ ਹੈ ਪਾਵਰ ਦੀ ਗੱਲ ਕਰ ਲਈਏ ਹਰ ਸਾਲ ਪਾਵਰ ਦੇ ਲਾਸਸਸ ਦੇ ਵਿੱਚ ਔਰ ਜਿਹੜਾ ਐਕਸੈਸ ਥਰਮਲ ਪਲਾਂਟਾਂ ਨੂੰ ਦਿੱਤਾ ਜਾਂਦਾ ਉਹ ਤਕਰੀਬਨ ਤਕਰੀਬਨ 5000 ਕਰੋੜ ਹੈ ਜਿਹੜਾ ਉਹ ਬਣ ਜਾਂਦਾ ਹੈ ਮਾਈਨਿੰਗ ਮਹਿਜ਼ 30-32 ਕਰੋੜ ਹੈ ਜਿਹੜਾ ਉਹ ਪੰਜਾਬ ਸਰਕਾਰ ਨੂੰ ਆਉਂਦਾ ਹੈ ਤੇਲੰਗਾਨਾ ਏਡੀਕ ਸਟੇਟ ਹੈ ਉਹ 4000 ਕਰੋੜ ਕੁਮਾਰੀ ਮੈਂ ਕਹਿ ਰਿਹਾ ਵੀ ਇਹ ਜਿਹੜੇ ਤਿੰਨ ਜਾਂ ਚਾਰ ਡਿਪਾਰਟਮੈਂਟ ਮੈਂ ਤੁਹਾਨੂੰ ਗਿਣਾਏ ਨੇ ਇਹਨਾਂ ਡਿਪਾਰਟਮੈਂਟਸ ਦੇ ਵਿੱਚੋਂ ਹੀ ਜੇ ਸਰਕਾਰ ਇਮਾਨਦਾਰ ਤਰੀਕੇ ਨਾਲ ਕੰਮ ਕਰ ਲੇ ਜਿਹੜਾ ਮਾਫੀਆ ਦੇ ਰੂਪ ਵਿੱਚ ਪੈਸਾ ਅਫਸਰਾਂ ਕੋਲ ਮਾਫੀਆ ਕੋਲ ਤੇ ਲੀਡਰਾਂ ਕੋਲ ਜਾ ਰਿਹਾ ਹੈ ਜੇ ਉਹਨੂੰ ਬੰਨ ਲੱਗ ਜਾਣ ਤੇ ਪੰਜਾਬ ਕੋਲ ਘੱਟੋ ਘੱਟ 18 ਤੋਂ 20000 ਕਰੋੜ ਹੈ ਜਿਹੜਾ ਹਰ ਸਾਲ ਹੋਰ ਵੱਧ ਆ ਸਕਦਾ ਹੈ ਜੇ 20000 ਕਰੋੜ ਆ ਜੇ ਤੇ ਮੁਲਾਜ਼ਮ ਪੱਕੇ ਕਰਨੇ ਕੀ ਔਖੇ ਨੇ ਜੀ ਤਨਖਾਹ ਦੇਣੀ ਉਹਨਾਂ ਨੂੰ ਕੀ ਔਖੇ ਕਿਸਾਨਾਂ ਦੇ ਕਰਜ਼ੇ ਮਾਫ਼ ਕਰਨੇ ਕੀ ਓਖੇ ਨੇ ਸੋ ਇਹ ਸਾਰਾ ਸਿਸਟਮ ਹੈ ਜਿਹੜਾ ਉਹ ਉਹ ਬੇਈਮਾਨ ਨੀਅਤ ਨੇ ਸਾਰੇ ਸਾਰੇ ਸਿਸਟਮ ਹੈ ਜਿਹੜਾ ਉਹ ਖਰਾਬ ਕਰ ਰੱਖਿਆ ਇਸ ਕਰਕੇ ਜਿਸ ਦਿਨ ਪੰਜਾਬ ਦੇ ਵਿੱਚ ਇਮਾਨਦਾਰ ਸਰਕਾਰ ਆ ਜਾਂਦੀ ਹੈ ਸੱਤਾਧਾਰੀ ਲੋਕ ਇਮਾਨਦਾਰ ਜਿਸ ਦਿਨ ਹੋਗੇ ਨੀਅਤ ਉਹਨਾਂ ਦੀ ਸਾਫ਼ ਹੋ ਗਈ ਮੁਲਾਜ਼ਮ ਵੀ ਪੱਕੇ ਹੋ ਜਾਣਗੇ ਭਰਤੀਆਂ ਵੀ ਸਾਰੀਆਂ ਹੋ ਜਾਣਗੀਆਂ ਇੰਡਸਟਰੀ ਲੱਗਣੀ ਸ਼ੁਰੂ ਹੋ ਜੂ ਇੰਡਸਟਰੀ ਜੌਬ ਕ੍ਰੀਏਸ਼ਨ ਸ਼ੁਰੂ ਕਰ ਦੋਗੀ ਕਿਸਾਨਾਂ ਦੇ ਕਰਜ਼ੇ ਮਾਫੀ ਵੀ ਹੋ ਜਾਣੀ ਔਰ ਕਿਸਾਨਾਂ ਕਿਸਾਨੀ ਨੂੰ ਲਾਹੇਵੰਦਨ ਦਾ ਵੀ ਬਣਾਇਆ ਜਾ ਸਕਦਾ ਸਾਰਾ ਕੁਝ ਹੋ ਸਕਦਾ ਪਰ ਇਮਾਨਦਾਰ ਨiyet ਦੀ ਲੋੜ ਹੈ ਠੇਕਾ ਮੁਲਾਜ਼ਮਾ ਦਾ ਪੰਜਾਬ ਦੇ ਵਿੱਚ ਜੋ ਅੱਜ ਆਧਾਰ ਹੈ ਉਹ ਸਭ ਨੂੰ ਪਤਾ ਹੈ ਪੰਜਾਬ ਦੇ ਵਿੱਚ 10 ਸਾਲ ਅਕਾਲੀ ਦਲ ਦੀ ਸਰਕਾਰ ਨੇ ਵੀ ਰਾਜ ਕੀਤਾ ਉਸ ਵੇਲੇ ਵੀ ਬਹੁਤ ਸਾਰੇ ਧਰਨੇ ਮੁਜ਼ਾਰੇ ਹੁੰਦੇ ਰਹੇ ਸਾਡੇ ਨਾਲ ਇਸ ਵੇਲੇ ਅਕਾਲੀ ਦਲ ਦੇ ਬੁਲਾਰੇ ਚਰਨਜੀਤ ਬਰਾੜ ਸਾਡੇ ਨਾਲ ਹਾਜ਼ਰ ਹਨ ਉਹਨਾਂ ਤੋਂ ਜਾਣ ਲੈਣੇ ਆ ਸਰ ਪੰਜਾਬ ਦੇ ਵਿੱਚ ਹਾਲੇ ਵੀ ਜਿਹੜਾ ਠੇਕਾ ਮੁਲਾਜ਼ਮਾਂ ਦਾ ਜਿਹੜਾ ਬਹੁਤ ਬੁਰਾ ਹਾਲ ਹੈ ਹਾਲੇ ਵੀ ਉਹ ਜਿਹੜੇ ਧਰਨੇ ਮੁਜ਼ਾਰੇ ਲਾ ਰਹੇ ਆ ਕੀ ਕਹਿਣਾ ਤੁਹਾਡਾ ਇਸ ਤੇ ਦੇਖੋ ਇੱਕ ਗੱਲ ਹੈ ਕਿ ਸਾਡੀ ਸਰਕਾਰ ਦੇ ਸਮੇਂ ਦੇ ਵਿੱਚ ਅਸੀਂ 2.5 ਲੱਖ ਦੇ ਕਰੀਬ ਲਗਭਗ ਨੌਕਰੀਆਂ ਪੱਕੇ ਤੌਰ ਤੇ ਭਰ ਕੇ ਗਏ ਸੀ ਇਹ ਜਿਹੜੇ 72000 ਠੇਕਾ ਮੁਲਾਜ਼ਮ ਹੈਗੇ ਆ ਜਿਨ੍ਹਾਂ ਦਾ ਅਸੀਂ ਵਿਧਾਨ ਸਭਾ ਦੇ ਵਿੱਚ ਵੀ ਕਾਨੂੰਨ ਬਣਾ ਕੇ ਗਏ ਸੀ ਇਹਨਾਂ ਨੂੰ ਪੱਕੇ ਕਰਨ ਦਾ ਕੁੱਲ 36 ਹਜ਼ਾਰ ਸੀ ਪਰ 27 ਹਜ਼ਾਰ ਉਹ ਸੀ ਜਿਹੜੇ ਗਵਰਨਮੈਂਟ ਦੀਆਂ ਕੰਡੀਸ਼ਨਸ ਪੂਰੀਆਂ ਕਰਦੇ ਸੀ ਤਾਂ ਜਦੋਂ ਉਸ ਤੋਂ ਬਾਅਦ ਸਰਕਾਰ ਬਦਲ ਗਈ ਸਰਕਾਰ ਬਦਲਣ ਤੋਂ ਬਾਅਦ ਇੱਕ ਐਸੇ ਹਾਲਾਤ ਪੈਦਾ ਜਿਹੜੇ ਹੈ ਉਹ ਇਹ ਸਰਕਾਰ ਨੇ ਕਰਤੇ ਖੁਦ ਹੀ ਬੰਦਾ ਖੜਾ ਕਰਕੇ ਮਾਨਯੋਗ ਹਾਈ ਕੋਰਟ ਕੇਸ ਪਵਾਤਾ ਉੱਥੇ ਸਰਕਾਰ ਮੁਕਰ ਗਈ ਹੈ ਸਾਨੂੰ ਉਹਨਾਂ ਨਾਲ ਅੱਜ ਵੀ ਹਮਦਰਦੀ ਹੈ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਤੁਰੰਤ ਉਹਨਾਂ ਨੂੰ ਪੱਕੇ ਕੀਤੇ ਜਾਣ ਜਿਵੇਂ ਸਰਕਾਰ ਨੇ ਵਾਅਦਾ ਕੀਤਾ ਸੀ ਤੇ ਕਿਉਂਕਿ ਜਿਵੇਂ ਬਾਕੀ ਵਾਅਦੇ ਤਾਂ ਸਰਕਾਰ ਭੱਜ ਰਹੀ ਹੈ ਇਸ ਵਾਦੇ ਤੋਂ ਵੀ ਲਗਭਗ ਮੁਕਰਦੀ ਜਾ ਰਹੀ ਹੈ ਕਿਉਂਕਿ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਲਾਸਟ ਦਿਨਾਂ ਦੇ ਵਿੱਚ ਜਦੋਂ ਕੋਡ ਆਫ ਕੰਡਕਟ ਲੱਗਣਾ ਸੀ ਉਹਨਾਂ ਦਿਨਾਂ ਦੇ ਵਿੱਚ ਇੱਕ ਐਕਟ ਜਿਹੜਾ ਬਣਾਇਆ ਗਿਆ ਸੀਗਾ ਪੱਕੇ ਕਰਨ ਦੇ ਲਈ ਪਰ ਉਹ ਹਾਲੇ ਤੱਕ ਲਾਗੂ ਨਹੀਂ ਹੋਇਆ ਉਦੋਂ ਵੀ ਕਿਤੇ ਨਾ ਕਿਤੇ ਪਹਿਲਾਂ ਲਿਸਟਾਂ ਮੰਗਵਾਈਆਂ ਗਈਆਂ ਉਦੋਂ ਵੀ ਲਾਗੂ ਨਹੀਂ ਹੋਇਆ ਅਰੇ ਅੱਜ ਤੱਕ ਵੀ ਲਾਗੂ ਨਹੀਂ ਹੋਇਆ ਇਹ ਕੀ ਕਾਰਨ ਸਮਝਦੇ ਹੋ ਮੈਂ ਇਸ ਗੱਲ ਦੇ ਵਿੱਚ ਦੋ رائے ਨਹੀਂ ਹਾਂ ਕਿਉਂਕਿ ਇਸ ਕੰਮ ਦੇ ਵਿੱਚ ਅਫਸਰ ਸਾਹੀ ਕਈ ਵਾਰੀ ਬੜੀ ਭਾਰੂ ਓੜੇ ਕੇ ਤਾਈ ਪਾਉਂਦੀ ਹੈ ਔਰ ਤੁਹਾਡੇ ਯਾਦ ਹੋਣਾ ਸੀ ਦੋ ਵਾਰੀ ਗਵਰਨਰ ਸਾਹਿਬ ਕੋਲੇ ਬੜੀ ਟਾਈਮਲੀ ਕੇਸ ਭੇਜਿਆ ਸੀ ਗਵਰਨਰ ਸਾਹਿਬ ਨੇ ਰਿਫਿਊਜ਼ ਕਰਕੇ ਵਾਪਸ ਕਰਤਾ ਸੀ ਇਸੇ ਕਰਕੇ ਸਾਨੂੰ ਵਿਧਾਨ ਸਭਾ ਦਾ ਇੱਕ ਦਿਨ ਦਾ ਸੈਸ਼ਨ ਬੜਾ ਕੇ ਐਕਟ ਬਣਾਉਣਾ ਪਿਆ ਸੀ ਪਰ ਜਦੋਂ ਵਿਧਾਨ ਸਭਾ ਚ ਐਕਟ ਬਣ ਜੇ ਫਿਰ ਤਾਂ ਕੋਈ ਅੜਚਨ ਤੇ ਕੋਈ ਹੈ ਨਹੀਂ ਹੁਣ ਤਾਂ ਸਰਕਾਰ ਦੀ ਨੀਅਤ ਹੀ ਖੋਟ ਹੈ ਔਰ ਜਿਵੇਂ ਬਾਕੀ ਗੱਲਾਂ ਤੋਂ ਸਰਕਾਰ ਮੁਕਰੀ ਹੈ ਘਰ ਘਰ ਨੌਕਰੀ ਦੇਣ ਤੋਂ ਮੁਕਰੀ ਹੈ ਕਰਜ਼ਾ ਮਾਫੀ ਤੋਂ ਮੁਕਰੀ ਹੈ ਆਟੇ ਦਾਲ ਚ ਦੇ ਨਾਲ ਚੀਨੀ ਚਾਹ ਪਤੀ ਤੋਂ ਮੁਕਰੀ ਹੈ 51000 ਸ਼ਗਨ ਦੇਣ ਤੋਂ ਮੁਕਰੀ ਹੈ 2500 ਪੈਨਸ਼ਨ ਦੇਣ ਤੋਂ ਮੁਕਰੀ ਹੈ ਬੇਰੋਜ਼ਗਾਰੀ ਭੱਤੇ ਤੋਂ ਮੁਕਰੀ ਹੈ ਉਵੇਂ ਹੀ ਇਹ ਜਿਹੜੇ ਮੁਲਾਜ਼ਮ ਹੈ ਇਹਨਾਂ ਤੇ ਇਹਨਾਂ ਤੇ ਮੁਕਰ ਗਈ ਹੈ ਔਰ ਉਲਟਾ ਮਾਰ ਪੈ ਗਈ ਹੈ ਵੀ 200 ਰੁਪਏ ਮਹੀਨਾ ਇਹਨਾਂ ਨੂੰ ਵਿਚਾਰਿਆਂ ਨੂੰ ਟੈਕਸ ਵੀ ਦੇਣਾ ਪੈਂਦਾ ਮਤਲਬ ਸਾਰੇ ਮੁਲਾਜ਼ਮਾਂ ਨੂੰ ਦੇਣਾ ਪੈਂਦਾ ਜਿੱਥੇ ਡੀਏ ਸਭ ਦਾ ਫ੍ਰੀਜ਼ ਹੈ ਪੇ ਕਮਿਸ਼ਨ ਲਾਗੂ ਨਹੀਂ ਕੀਤਾ ਇਹ 27 ਦੇ 27000 ਪੱਕੇ ਨਹੀਂ ਕੀਤੇ ਮੈਂ ਸਮਝਦਾ ਕਿ ਸਰਕਾਰ ਦੀ ਜਿਹੜੀ ਨੀਅਤ ਦੇ ਵਿੱਚ ਬੜਾ ਵੱਡਾ ਕੋਟ ਹੈ ਔਰ ਇਹ ਸਰਕਾਰ ਨੂੰ ਆਪਦੇ ਕੀਤੇ ਹੋਏ ਵਾਅਦੇ ਤੇ ਕੈਮਰਾਂਣਾ ਚਾਹੀਦਾ ਔਰ ਇਹਨਾਂ ਨੂੰ ਪੱਕੇ ਕਰਨਾ ਚਾਹੀਦਾ ਠੇਕਾ ਠੇਕਾ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਜਿਹੜੀਆਂ ਉਹ ਬਹੁਤ ਵੱਡੀਆਂ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਉਹਨਾਂ ਨੂੰ ਜਿਹੜੀਆਂ ਤਨਖਾਹਾਂ ਬਹੁਤ ਨਗੌਣੀਆਂ ਮਿਲਦੀਆਂ ਠੇਕਾ ਮੁਲਾਜ਼ਮਤਾਂ ਅੱਗੇ ਚਲੇ ਜਾਈਏ ਤਾਂ ਆਊਟਸੋਰਸ ਵੀ ਹੈਗੇ ਨੇ ਉਹਨਾਂ ਨੂੰ ਵੀ ਜਿਹੜੀਆਂ ਤਨਖਾਹਾਂ ਉਹਨਾਂ ਤੋਂ ਵੀ ਘੱਟ ਹੈ ਯਾਨੀ 4 ਤੋਂ 4-5000 ਤੋਂ 7-8000 ਤੱਕ ਉਹਨਾਂ ਨੂੰ ਮਿਲਦੀਆਂ ਵਿਧਾਨ ਸਭਾ ਦੇ ਇਲੈਕਸ਼ਨ ਵੀ ਆਉਣੇ ਆ 2022 ਦੇ ਵਿੱਚ ਉਥੇ ਹੁਣ ਅਕਾਲੀ ਦਲ ਆਪਣਾ ਕੀ ਸਟੈਂਡ ਰੱਖਦਾ ਹੈ ਉਸ ਤੋਂ ਪਹਿਲਾਂ ਜੇਕਰ ਕਾਂਗਰਸ ਹੱਲ ਕਰਦੀ ਹੈ ਤਾਂ ਚੰਗੀ ਗੱਲ ਹੈ ਪਰ ਜੇਕਰ ਕਿਤੇ ਨਾ ਕਿਤੇ ਇਹ ਬਿਮਾਰੀ ਖਤਮ ਨਹੀਂ ਹੁੰਦੀ ਤਾਂ ਫਿਰ ਅਕਾਲੀ ਦਲ ਦਾ ਕੀ ਸਟੈਂਡ ਹੈ ਦੇਖੋ ਇੱਕ ਗੱਲ ਕਹੀਏ ਕਿ ਜਿਵੇਂ 27000 ਜਿਹੜੇ ਗਵਰਨਮੈਂਟ ਦੀਆਂ ਕੰਡੀਸ਼ਨ ਪੂਰੀਆਂ ਕਰਦੇ ਸੀ ਅਸੀਂ ਐਕਟ ਬਣਾ ਕੇ ਪੱਕੇ ਕਰਕੇ ਗਏ ਆ ਤੇ ਫਿਰ ਸਾ ਅਸੀਂ ਤਾਂ ਕਰਾਂਗੇ ਹੀ ਕਰਾਂਗੇ ਨਾ ਜੇ ਇਹਨਾਂ ਤੋਂ ਨਾ ਹੋਊਗਾ ਪਰ ਫਿਲਹਾਲ ਹਲੇ ਤੱਕ 2.5 ਸਾਲ ਪਏ ਆ ਮੈਂ ਲੋਕਾਂ ਨੂੰ ਬੇਨਤੀ ਕਰੂੰਗਾ ਕਿ ਜਿਹੜਾ ਤੁਹਾਡੇ ਨਾਲ ਵੋਟਾਂ ਦੀ ਠੱਗੀ ਮਾਰ ਜੇ ਝੂਠ ਮਾਰ ਕੇ ਤੇ ਘਟੋ ਘਟੋ ਦੀ ਜਵਾਬਦੇਹੀ ਕਰਨ ਦੇ ਲਈ ਜੋ ਸਾਡੇ ਕੋਲੇ ਗਲੀ ਮੁਹੱਲੇ ਦੇ ਵਿੱਚ ਕੋਈ ਮੁਜ਼ਾਹਰੇ ਹੈ ਕੋਈ ਧਰਨੇ ਹੈ ਕੋਈ ਸਰਕਾਰ ਨੂੰ ਘੇਰਨ ਵਾਲੀਆਂ ਗੱਲਾਂ ਇਹ ਵੀ ਕਰਨ ਤਕੜੇ ਹੋ ਕੇ ਅਸੀਂ ਵੀ ਨਾਲ ਆ ਪਰ ਜੇ ਕਿਤੇ ਸਰਕਾਰ ਇਸ ਗੱਲ ਤੋਂ ਭੱਜਦੀ ਹੈ ਜਿਹੜਾ ਐਕਟ ਅਸੀਂ ਬਣਾ ਕੇ ਗਏ ਆ ਤੇ ਉਹਦੇ ਤੇ ਪੂਰਾ ਨਹੀਂ ਉਤਰਦੀ ਪਰਮਾਤਮਾ ਕਰੇ ਲੋਕਾਂ ਦਾ ਸਾਥ ਮਿਲੇ ਜਦੋਂ ਸਾਡੀ ਸਰਕਾਰ ਮਿਲੀ ਅਸੀਂ ਜ਼ਰੂਰ ਕਰਾਂਗੇ ਦੇ ਕੋਈ ਵਾ ਅਸਲ ਜੇ ਤੁਸੀਂ ਮੈਨੂੰ ਲੰਦਾ ਸਾਰੀ ਸਰਕਾਰ ਦੀ ਮੇਰੇ ਤੋਂ ਲੈ ਲਓਗੇ ਗਿਆ ਕੋਈ ਇੱਕ ਵਾਅਦਾ ਪੂਰਾ ਕੀਤਾ ਚਲ ਉਹੀ ਦੱਸ ਦੇ ਆਪਾਂ ਅੱਜ ਹੀ ਚੱਲਦੇ ਆ ਕਾਂਗਰਸੀਆਂ ਨੂੰ ਸਨਮਾਨਤ ਕਰਕੇ ਉਹਨੇ ਕਿਹੜਾ ਵਾਅਦਾ ਪੂਰਾ ਕੀਤਾ ਇਹ ਠੇਕਾ ਮੁਲਾਜ਼ਮ ਵਿਚਾਰੇ ਆਈ ਸੀ ਕਰੀ ਧਰਨਾ ਦੇ ਕੇ ਗਏ ਆ ਇੱਥੇ ਵਿਧਾਨ ਸਭਾ ਦੇ ਬਾਹਰ ਲਾਸਟ ਸੈਸ਼ਨ ਔਰ ਉਹਨਾਂ ਨੇ 15ਵਾਂ ਮੀਟਿੰਗ ਆਪ ਦੀ ਉਹਨਾਂ ਦੀ 20 ਮੀਟਿੰਗ ਹੋਈਆਂ ਨੇ ਜੀਦਾ ਉਹਨਾਂ ਨੇ ਵੇਰਵਾ ਦਿੱਤਾ ਜਿਹੜਾ ਵਿਧਾਨ ਸਭਾ 'ਚ ਅੰਦਰ ਜਾ ਕੇ ਮੈਂ ਬੋਲਿਆ ਔਰ ਉਹਨਾਂ ਨਾਲ ਵਾਅਦਾ ਸੀ ਕਿ ਜਿੱਦੋਂ ਸਰਕਾਰ ਬਣੂ ਪਹਿਲੀ ਕੈਬਨਿਟ 'ਚ ਕਾਂਗਰਸ ਪਾਰਟੀ ਉਹਨਾਂ ਨੂੰ ਪੱਕੇ ਕਰ ਦੋਗੇ ਔਰ ਉਹਨਾਂ ਨੇ ਲਿਖਿਆ ਕਿ ਅਸੀਂ ਸੀਐਮ ਨੂੰ ਮਿਲਲੇ ਸੀਐਮ ਦੇ ਓਐਸਡੀ ਨੂੰ ਮਿਲਲੇ ਚੀਫ ਸੈਕਟਰੀ ਨੂੰ ਮਿਲਲੇ ਫਲਾਣੇ ਮੰਤਰੀ ਨੂੰ ਮਿਲਲੇ ਖਜ਼ਾਨਾ ਮੰਤਰੀ ਨੂੰ ਮਿਲਿਆ ਉਹਨਾਂ ਨੇ 25 ਮੀਟਿੰਗਾਂ ਕਰਾਈਆਂ ਸੀ ਔਰ ਕਹਿੰਦੇ ਸਾਨੂੰ ਕੋਈ ਸਾਡੀ ਸੁਣਵਾਈ ਨਹੀਂ ਹੋ ਰਹੀ ਸਾਨੂੰ ਪੱਕੇ ਕਰਨ ਦੀ ਗੱਲ ਹੀ ਨਹੀਂ ਹੋ ਰਹੀ ਜਦੋਂ ਅਫਸਰਾਂ ਦਾ ਮਲਾਜ਼ਮਾਂ ਦਾ ਪੱਤਾ ਨਹੀਂ ਮਿਲ ਰਿਹਾ ਡੀਏ ਨਹੀਂ ਮਿਲ ਰਿਹਾ ਪੀਐਫ ਨਹੀਂ ਮਿਲ ਰਿਹਾ ਤੇ ਉਹ ਸਰਕਾਰ ਦੀ ਕਿੰਨੀ ਬੇਈਮਾਨ ਸੋਚ ਹੈ ਤੁਸੀਂ ਸੋਚ ਸਕਦੇ ਹੋ ਕਿ ਉਹਨਾਂ ਨੇ ਕਿਥੇ ਇਹਨਾਂ ਵਿਚਾਰੇ ਠੇਕੇ ਦੇ ਮਲਾਜ਼ਮਾਂ ਦਾ ਵੀ ਕੁਝ ਕਰਿਆ